ਦੇ ਸਕਰੂਰ ਵਿੱਚ ਪੀਆਰਟੀਸੀ ਦੀ ਬੱਸ ਤੇ ਪਿਕਅਪ ਦੀ ਟੱਕਰ, ਇਸ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਜਦਕਿ 12 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ। ਜ਼ਖਮੀ ਦੇ ਵਿੱਚ 3 ਸਾਲ ਦੀ ਬੱਚੀ ਵੀ ਸੀ ਸ਼ਾਮਿਲ। ਪਿਕਅਪ ਸਵਾਰ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਮੱਥਾ ਟੇਕ ਵਾਪਿਸ ਆ ਰਹੇ ਸਨ। ਇਹ ਹਾਦਸਾ ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ ਤੇ ਵਾਪਰਿਆ। ਆਸ ਪਾਸ ਦੇ ਲੋਕ ਜ਼ਖਮੀਆਂ ਨੂੰ ਤੁਰੰਤ ਬਾਹਰ ਕੱਢ ਸਿਵਲ ਹਸਪਤਾਲ ਸੰਗਰੂਰ ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ 4 ਵਿਅਕਤੀਆਂ ਨੂੰ ਗੰਭੀਰ ਹਾਲਾਤ ਦੇਖਦੇ ਹੋਏ ਰਜਿੰਦਰਾ ਹਸਪਤਾਲ ਕੀਤਾ ਰੈਫਰ। ਆਓ ਸੁਣਾਂਦੇ ਆ ਕੀ ਕੁਛ ਕਹਿਣਾ ਹੈ ਉੱਥੇ ਦੇ ਮੌਜੂਦ ਲੋਕਾਂ ਦਾ। ਮਗਤਿਆਰ ਸਿੰਘ ਜੀ, ਸਾਡੇ ਨਾਲ ਜੀ ਮੂਹਰੇ ਬੱਸ ਖੜੀ ਸੀਗੀ ਜੀ, ਸਾਡੀ ਗੱਡੀ ਆ ਰਹੀ ਸੀ, ਧੁੰਦ ਪਈ, ਅਸੀਂ ਪਿਛਲੇ ਡਾਲੇ ਤੇ ਬੈਠੇ ਸੀ। ਸਾਨੂੰ ਹਾਦਸੇ ਦਾ ਜੀ ਕੋਈ ਪਤਾ ਹੀ ਨਹੀਂ ਲੱਗਿਆ ਜੀ, ਕੀ ਹੋਇਆ ਕੀ ਨਹੀਂ ਹੋਇਆ। ਸਾਨੂੰ ਤਾਂ ਜਦੋਂ ਗੱਡੀ ਵੱਜੀ ਆ ਜੀ, ਉਦੋਂ ਮੈਨੂੰ ਮਾੜੀ ਜਿਹੀ ਹੋਸ਼ ਆਈ ਹੈ। ਸਾਰੀਆਂ ਗੱਡੀਆਂ ਜਿਹੜੀਆਂ ਸਵਾਰੀਆਂ ਸੀਗੀਆਂ ਉਹ ਤਾਂ ਸਾਰੀਆਂ ਗੁੰਮ ਹੋ ਗਈਆਂ ਜੀ। ਸਵਾਰੀਆਂ ਸਾਡੀਆਂ ਹੋਣੀਆਂ ਜੀ 25-26 ਸਵਾਰੀਆਂ ਹੋਣੀਆਂ ਜੀ। ਸੱਟਾਂ ਜੀ ਆਪਣੇ ਆਹ ਜਿਹੜੇ ਮੂਹਰੇ ਬੈਠੇ ਸੀਗੇ ਬੰਦੇ, ਉਹਨਾਂ ਦੇ ਤਾਂ ਪੈਰਾਂ ਪੂਰਾਂ 'ਤੇ ਜੀ ਵਾਲੀਆਂ, ਉਹਨਾਂ ਦੇ 2 ਪੈਰ ਹੋ ਗਏ ਜੀ। ਜਿਹੜਾ ਵਿਚਾਲੇ ਬੈਠਾ ਜੀ ਉਹਦੇ ਪੈਰ ਹੈ ਜੀ, ਦੂਜੇ ਡਰਾਈਵਰ ਦਾ ਪਤਾ ਨਹੀਂ ਕੀ ਹਾਲ ਹੈ ਜੀ। ਮੈਨੂੰ ਸਵੇਰੇ ਇੱਕ ਇਨਫੋਰਮੇਸ਼ਨ ਮਿਲੀ ਸੀ ਤਕਰੀਬ 9 ਵਜੇ, ਵੀ ਪਿੰਡ ਕਲੌਦੀ ਦੇ ਲਾਗੇ ਇੱਕ ਬਲੈਰੋ ਗੱਡੀ ਦਾ ਮੇਜਰ ਐਕਸੀਡੈਂਟ ਹੋਇਆਗਾ, ਅਤੇ ਅਸੀਂ ਤੁਰੰਤ ਐਕਸ਼ਨ ਵਿੱਚ ਆ ਕੇ ਐਮਰਜੈਂਸੀ ਪਹੁੰਚੇ, ਆਪਣੇ ਡਾਕਟਰ ਨੂੰ ਕਾਲ ਕੀਤੀ, ਅਤੇ ਜਿਹੜੇ ਐਂਬੂਲੈਂਸ ਡਰਾਈਵਰ ਸੀਗੇ 108 ਦੇ ਉਹਨੂੰ ਕਾਲ ਕੀਤੀ। ਤਕਰੀਬ ਸਾਰੇ ਏਰੀਏ ਦੀਆਂ ਐਂਬੂਲੈਂਸਾਂ ਪੇਸ਼ੈਂਟ ਲੈ ਕੇ ਸਾਡੇ ਕੋਲ 9 ਵਜੇ ਪਹੁੰਚ ਗਈਆਂ, ਅਤੇ ਸਾਡੇ ਕੋਲ ਹੁਣ ਤੱਕ 21 ਪੇਸ਼ੈਂਟ ਹੈ ਇੱਥੇ ਐਡਮਿਟ ਹੋਏ ਨੇ। 21 ਦੇ ਵਿੱਚੋਂ 4 ਮਰੀਜ਼ ਨੇ ਜਿਹੜੇ ਬਰੋਡ ਡੈਡ ਨੇਗੇ, 3 ਮਰੀਜ਼ ਨੂੰ ਜਿਹੜਾ ਅਸੀਂ ਇੱਥੇ ਰੈਫਰ ਕਰ ਚੁੱਕੇ ਹਾਂਗੇ, ਅਤੇ 14 ਮਰੀਜ਼ ਮੇਰੇ ਕੋਲ ਸਿਵਲ ਹਸਪਤਾਲ ਸੰਗਰੂਰ ਦੇ ਵਿੱਚ ਇਸ ਟਾਈਮ ਦਾਖਲ ਨੇਗੇ, ਜਿਨ੍ਹਾਂ ਦੀ ਹਾਲਤ ਹੈ ਜਿਹੜੀ ਬਿਲਕੁਲ ਸਟੇਬਲ ਹੈਗੀ, ਉਹ ਸਹੀ ਸਲਾਮਤ ਹਨ। ਹਾਂ, ਉਹਨਾਂ ਦੇ ਵਿੱਚੋਂ 2 ਲੇਡੀਜ਼ ਨੇਗੀਆਂ, ਲੇਡੀ ਦੇ ਵਿੱਚੋਂ ਇੱਕ ਮਾਤਾ ਜੀ ਨੇ, ਇੱਕ ਲੇਡੀ ਤਕਰੀਬਨ 25-30 ਸਾਲ ਦੀ ਉਮਰ ਉਹਨਾਂ ਦੀ, ਅਤੇ ਇੱਕ ਜੈਂਟਸ ਹੈਗਾ, ਅਤੇ ਇੱਕ ਜਿਹੜਾ ਬੱਚਾ ਹੈਗਾ ਉਹ ਤਕਰੀਬਨ 3 ਮਹੀਨੇ ਦਾ ਹੈਗਾ। ਰਵਿੰਦਰ ਸਿੰਘ ਜੀ, ਇਹ ਬੱਸ ਖੜੀ ਤੀ ਜੀ ਮੂਹਰੇ ਸਵਾਰੀਆਂ ਚੜ੍ਹਾ ਰਹੀ ਤੀ, ਕਲੌਦੀ ਜੋਤੀ ਸਰ ਆਪਣਾ ਗੁਰੂ ਘਰ ਹੈ ਉੱਥੇ, ਉਹਦੇ ਮੂਹਰੇ ਸੜਕ 'ਤੇ ਬੱਸ ਖੜੀ ਅਤੇ ਉਹਦੇ ਵਿੱਚ ਇਹ ਪੂਰੇ ਜ਼ੋਰ ਦੀ ਗੱਡੀ ਵੱਜੀ ਆ, ਇਹ ਦੀਪਾ ਜਾਤੀ ਜੀ ਗੈਲੋ ਖੁੱਲੀ ਜੀ, ਸੋਮੋ ਟਾਟਾ ਖਾਨੀ ਕੀ ਕਹਿੰਦੇ ਨੇ ਉਹਨੂੰ, ਇੰਨਾ ਮੈਨੂੰ ਪਤਾ ਨਹੀਂ। ਇਹ ਵਿਚਾਰੇ ਤੱਕ ਸਾਰੇ ਖੂੰਜੇ 'ਚ, ਇੱਕ ਖੂੰਜੇ 'ਚ ਇਕੱਠੇ ਕਰਤੇ, ਇਹ 15 ਜਾਣੇ ਹੋਣਗੇ ਮਗਰ ਬੈਠੇ ਇਹ। ਹਾਂ, ਮੂਹਰੇ ਜਿਹੜੇ ਡਰਾਈਵਰ 'ਤੇ ਉਹਦੀਆਂ ਲੱਤਾਂ ਟੁੱਟ ਗਈਆਂ 2, ਉਹ ਕੱਢਿਆ ਅਸੀਂ 1/2 ਘੰਟੇ ਬਾਅਦ ਕੱਢਿਆ, ਉਹ ਗੈਲੋ ਟਰੱਕ ਦਾ ਟੋਚਨ ਪਾ ਕੇ, ਮੂਹਰੋਂ ਟਰੈਕਟਰ ਦਾ ਟੋਚਨ ਪਾ ਕੇ। ਫਿਰ ਅਸੀਂ ਬੰਦੇ ਵੀ ਖੜਾਏ ਉੱਥੇ, ਲਵੇ ਘਰ ਨੇ, ਗੁਰੂ ਘਰ ਵਾਲਿਆਂ ਨੇ ਵੀ ਸਾਡੀ ਮਦਦ ਕਰੀ ਆ, ਅਸੀਂ ਚਾਹ ਪਾਣੀ ਲੈ ਕੇ ਆਏ ਉੱਥੋਂ, ਦੁੱਧ ਦੱਧ ਪਿਆਇਆ ਸਾਰੀਆਂ ਸਵਾਰੀਆਂ ਨੂੰ ਥੋੜ੍ਹਾ ਮੋਟਾ ਜਿੰਨਾ ਕੁ ਸਕਿਆ। ਪਰ ਮੌਕੇ 'ਤੇ 2 ਪੂਰੇ ਹੋ ਗਏ ਬੰਦੇ, ਹਾਂ ਇੱਕ ਮਾਤਾ ਪੂਰੀ ਹੋ ਗਈ, ਇੱਕ ਬੰਦਾ ਪੂਰਾ ਹੋ ਗਿਆ ਉੱਥੇ ਮੌਕੇ 'ਤੇ। ਬੱਚਾ ਉੱਥੇ ਠੀਕ ਤੇ ਅਸੀਂ ਜਦੋਂ ਚੱਕਿਆ, ਉਹ ਆਉਂਦੇ ਆਉਂਦੇ ਕੁਛ ਹੋ ਗਿਆ ਜੀ ਉਹਨੂੰ, ਰੱਬ ਜਾਣੇ ਕੀ ਹੋ ਗਿਆ, ਮੇਰੀ ਉਹ ਗੋਦੀ 'ਚ ਤੀ ਉਹ, ਉੱਥੇ ਜਮਾਂ ਠੀਕ ਤੇ ਉਹਨੇ ਅੱਖ ਐਂ ਖੋਲਦਾ ਅਤੇ ਐਂ ਮੱਟ ਲਾ ਦਿੱਤੀ। ਇਹ ਗੱਲ 15 ਜਾਣੇ ਹੋਣਗੇ ਜੀ। ਹਾਂ ਜੀ, ਧੁੰਦ ਤੀ ਬਾਹਲੀ, ਕੁਛ ਨਹੀਂ ਦਿੰਦਾ ਤੀ ਜੀ ਧੁੰਦ 'ਚ, ਹੋਰ ਵੀ ਗੱਡੀਆਂ ਵਿੱਚ ਵੱਜਦੀਆਂ ਸੀ, ਮੂਹਰੇ ਜਵਾਕ ਖੜਾ ਤਿਆ ਡਾਣੀਆਂ ਲੈ ਕੇ ਵੀ ਹੌਲੀ ਰੱਖੋ ਹੌਲੀ ਰੱਖੋ, ਉੱਥੇ ਬਹੁਤ ਖੂਨ ਖਰਾਬਾ ਹੋਇਆ ਪਿਆ ਜੀ। ਸਾਰੇ ਇਹ ਜਿਹੜੇ ਡਾਕਟਰ ਸਾਹਿਬ ਨੇ ਇਹਨਾਂ ਨੇ ਪੂਰੀ ਮਦਦ ਕਰੀ ਹੈ ਜੀ, ਮੌਕੇ ਦਾ ਪੁਲਿਸ ਦਾ ਅਫਸਰ ਹੈ ਜਿਹੜਾ ਬਾਲੀਆਂ ਦਾ, ਉਹ ਮੌਕੇ 'ਤੇ ਪਹੁੰਚ ਗਿਆ ਉੱਥੇ ਸਾਡੇ ਲਵੇ, ਉਹਨੇ ਆਪ ਡੈੱਡ ਬੋਡੀਆਂ ਚੱਕੀਆਂ ਨੇ, ਜਿਹੜਾ ਮੌਕੇ ਦਾ ਪੁਲਿਸ ਵਾਲਾ ਅਫਸਰ ਹੈ, ਵਿਚਾਰੇ ਨੇ ਗੋਦੀ 'ਚ ਬਾਬਾ ਸਵਾਰੀਆਂ ਚੱਕੀਆਂ ਨੇ ਉਹਨੇ, ਸਾਡੀ ਫੁੱਲ ਮਦਦ ਕਰੀ ਆ ਪੁਲਿਸ ਨੇ ਬਾਲੀਆਂ ਨੇ। ਹਾਂਜੀ, ਬੜਾ ਅਨਫੋਰਚੁਨੇਟ ਅੱਜ ਐਕਸੀਡੈਂਟ ਹੋਇਆ, ਇਹਦੇ ਵਿੱਚ 4 ਜਣੇ ਬਰੋਡ ਡੈੱਡ ਹੈ, ਅਤੇ ਤਕਰੀਬਨ 15 ਕੁ ਜਣੇ ਜਿਹੜੇ ਹੈਗੇ ਆ ਉਹ ਇਸ ਟਾਈਮ ਸਾਡੇ ਕੋਲ ਆਏ ਸੀ, ਉਹਦੇ 'ਚੋਂ ਅਸੀਂ ਕਾਫੀ ਜਣੇ ਅੱਗੇ ਰੈਫਰ ਕਰਨੇ ਪਏ ਨੇ ਸਾਨੂੰ, ਅਤੇ ਬਾਕੀਆਂ ਦਾ ਇੱਥੇ ਬੜਾ ਪ੍ਰੋਐਕਟਿਵਲੀ ਟ੍ਰੀਟਮੈਂਟ ਚੱਲ ਰਿਹਾ ਹੈਗਾ। ਸੰਗਰੂਰ ਤੋਂ ਸੁਖਵਿੰਦਰ ਸਿੰਘ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ।